ਦੀ FIR ਹੋਈ ਸੀ ਸਾਡੇ ਕਾਫੀ ਜਣਿਆਂ ਦੇ ਖਿਲਾਫ, ਉਹ ਝੂਠੀ FIR ਸੀ। ਉਹ ਪਹਿਲਾਂ FIR ਕਰਤੀ, ਉਸ ਤੋਂ ਬਾਅਦ ਉਹ ਕੈਂਸਲ ਕਰਤੀ ਸੀ, ਉਹਦੀ ਕੈਂਸਲੇਸ਼ਨ ਜਿਹੜੀ ਅਦਾਲਤ ਤੇ ਬਾਕੀ ਸੀ ਹੁਣ, ਤੇ ਉਹਦੇ ਸੰਬੰਧ ਦੇ ਵਿੱਚ ਇਹ ਸਾਰਾ ਜਿਹੜਾ ਮਸਲਾ ਹੋਇਆ। ਜਿਹੜਾ ਇਸ ਵਕਤ ਦਿਨ ਦੇ ਜਿਹੜੇ ਰੋਕ ਲਗਾਏ ਹੋ ਤੁਹਾਡੇ ਵਿੱਚ ਕੀ ਚੀਜ਼ ਹੈ ਇਹਦੇ ਵਿੱਚ ਥੋੜ੍ਹਾ ਦੱਸੋ। ਉਹਦੇ 'ਚ ਇਹੀ ਹੈ ਜੀ, ਪਹਿਲਾਂ ਪੈਸੇ ਜਿਹੜੇ 1 ਲੱਖ ਰੁਪਏ ਦੇ ਕੋਈ ਇਹਦੇ ਨਾਲ ਚਲੇ ਗਏ ਸੀਗੇ, 50-50 ਹਜ਼ਾਰ ਰੁਪਏ ਲੋਨ, ਤੇ ਬਾਕੀ ਪੈਂਡਿੰਗ ਸੀਗੇ। ਮੈਂ ਕਾਫੀ ਟਾਈਮ ਤੋਂ ਮੰਗ ਰਿਹਾ ਸੀਗਾ ਤੇ ਪਹਿਲਾਂ ਇਹ ਮਿਲੇ ਹੀ ਨਹੀਂ ਮੈਨੂੰ, ਕਾਫੀ ਟਾਈਮ ਲੰਬਾ ਸਮਾਂ, ਫਿਰ ਮੇਰਾ ਫੋਨ ਚੱਕਣਾ ਬੰਦ ਕਰਤਾ। ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਪੈਸੇ ਜਿਹੜੇ ਮੈਨੂੰ ਦੇ ਦਿੱਤੇ ਜਾਣ, ਤਾਂ ਇਹਨਾਂ ਨੇ ਜਵਾਬ ਦਿੱਤਾ ਮੈਨੂੰ ਕਿ ਇਹ ਗੰਗਾ ਗਈਆਂ ਹੱਡੀਆਂ ਜਾਂ ਕਿਸੇ ਇੱਦਾਂ ਦਾ ਬੋਲੇ ਸੀਗੇ। ਇਸ ਤੋਂ ਬਾਅਦ ਫਿਰ ਮੈਂ ਇਹ ਸਾਰਾ ਧਿਆਨ ਤੇ ਲਿਆਂਦਾ ਸੀਨੀਅਰ ਅਫਸਰਾਂ ਦੇ, ਮੇਰੇ ਨਾਲ ਇਸ ਤਰ੍ਹਾਂ ਕੀਤਾ ਗਿਆ ਜੀ। ਕਿੰਨਾ ਤੁਹਾਡੇ ਕੋਲ ਪੈਸੇ ਦਿੱਤੇ ਜੀ ਕਿੰਨੇ? ਤੇ ਬੋਰ ਸਿੰਘ ਹੈ ਜੀ, ਉਦੋਂ ਹੌਲਦਾਰ ਸੀਗੇ, ਹੁਣ ਮੇਰੇ ਖਿਆਲ SI ਹੈ। ਉਪਰੋਂ ਕਿੰਨਾ ਮਾਮ ਕਿੰਨਾ ਪੈਸਾ ਉਹ ਡੇਢ ਮੰਗਿਆ ਲੱਖ ਗਿਆ ਸੀ ਦੀ ਕਿੰਨਾ ਡੇਢ ਲੱਖ ਰੁਪਏ ਦੀ ਡਿਮਾਂਡ ਸੀ, ਦਿੱਤਾ ਕਿੰਨਾ ਗਿਆ? 1 ਲੱਖ ਰੁਪਏ ਦੀ ਕੀ। ਇਹ ਮੇਰੇ ਕੋਲ ਅਨੰਤ ਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਆਨੰਦ ਨਗਰ ਗਲੀ ਨੰਬਰ 5 ਕੋਟਕਪੂਰਾ ਨੇ ਇੱਕ ਬਿਆਨ ਲਿਖਾਇਆ ਸੀ ਕਿ ESI ਬੋਰ ਸਿੰਘ ਜੋ ਹੁਣ ESI ਹੈ, ਇਹ 2019 ਦੇ ਵਿੱਚ ਬਤੌਰ ਹੌਲਦਾਰ ਜਿਹੜਾ ਮੁੱਖ ਮੁਨਸ਼ੀ ਲੱਗਿਆ ਸੀਗਾ ਥਾਣਾ ਸਿਟੀ ਕੋਟਕਪੂਰਾ, ਉਸ ਵਕਤ ਇਹਨਾਂ ਦਾ ਆਪਸ ਮੇਲ ਮਿਲਾਪ ਹੋਇਆ। ਉਹ ਉਹਦੇ 'ਤੇ ਇੱਕ ਮੁਕੱਦਮਾ ਦਰਜ ਸੀ 162/15 ਅੰਡਰ ਸੈਕਸ਼ਨ 294 354 A ਦਾ, ਜਿਹੜਾ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਮੁਕੱਦਮਾ ਉਹ ਕੈਂਸਲ ਕਰ ਦਿੱਤਾ ਗਿਆ ਸੀਗਾ। ਉਹ ਕੈਂਸਲੇਸ਼ਨ ਜਿਹੜੀ ਹੈ ਉਹ ਕੋਰਟ ਦੇ ਵਿੱਚੋਂ ਨਾਮਨਜ਼ੂਰ ਹੋ ਕੇ ਦੁਬਾਰਾ ਰੀਇਨਵੈਸਟੀਗੇਸ਼ਨ ਵਾਸਤੇ ਵਾਪਸ ਆ ਗਈ ਸੀ। ਉਸ ਸੰਬੰਧ ਵਿੱਚ ਇਸ ਕੈਂਸਲੇਸ਼ਨ ਰਿਪੋਰਟ ਨੂੰ ਮੂਵ ਕਰਾਉਣ ਵਾਸਤੇ ਅਤੇ ਇਹਨੂੰ ਮਨਜ਼ੂਰ ਕਰਾਉਣ ਵਾਸਤੇ ਬੋਰ ਸਿੰਘ ਨੇ ਜਿਹੜੇ ਉਹਨਾਂ ਤੋਂ ਪੈਸੇ ਉਹ ਲੈ ਲਏ। ਉਹਦੇ ਬਿਆਨ ਦੇ ਮੁਤਾਬਕ ਕੁੱਲ 1 ਲੱਖ ਰੁਪਇਆ ਉਹਨਾਂ ਨੇ ਲੈ ਲਿਆ ਸੀ ਅਤੇ 50,000 ਰੁਪਏ ਦੀ ਹੋਰ ਜਿਹੜੀ ਹੈ ਮੰਗ ਕੀਤੀ ਜਾ ਰਹੀ ਸੀ। ਇਹਦੇ ਵਿੱਚ ਜਿਹੜੇ 50,000 ਰੁਪਏ ਹੈ ਥਰੂ ਚੈੱਕ ਬੋਰ ਸਿੰਘ ਹੈ ਜਿਹੜਾ ਉਹਨੇ ਇਸ਼ੂ ਕਰਾਏ ਹੈ, ਇਹਦੀ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਸਾਡੇ ਕੋਲ ਪੇਸ਼ ਕੀਤੀ ਹੈ, ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ। ਇੱਕ ਦੀ FIR ਹੋਈ ਸੀ ਸਾਡੇ ਕਾਫੀ ਜਣਿਆਂ ਦੇ ਖਿਲਾਫ, ਉਹ ਝੂਠੀ FIR ਸੀ। ਉਹ ਪਹਿਲਾਂ FIR ਕਰਤੀ, ਉਸ ਤੋਂ ਬਾਅਦ ਉਹ ਕੈਂਸਲ ਕਰਤੀ ਸੀ, ਉਹਦੀ ਕੈਂਸਲੇਸ਼ਨ ਜਿਹੜੀ ਅਦਾਲਤ ਤੇ ਬਾਕੀ ਸੀ ਹੁਣ, ਤੇ ਉਹਦੇ ਸੰਬੰਧ ਦੇ ਵਿੱਚ ਇਹ ਸਾਰਾ ਜਿਹੜਾ ਮਸਲਾ ਹੋਇਆ। ਜਿਹੜਾ ਇਸ ਵਕਤ ਦਿਨ ਦੇ ਜਿਹੜੇ ਰੋਕ ਲਗਾਏ ਹੋ ਤੁਹਾਡੇ ਵਿੱਚ ਕੀ ਚੀਜ਼ ਹੈ ਇਹਦੇ ਵਿੱਚ ਥੋੜ੍ਹਾ ਦੱਸੋ। ਉਹਦੇ 'ਚ ਇਹੀ ਹੈ ਜੀ, ਪਹਿਲਾਂ ਪੈਸੇ ਜਿਹੜੇ 1 ਲੱਖ ਰੁਪਏ ਦੇ ਕੋਈ ਇਹਦੇ ਨਾਲ ਚਲੇ ਗਏ ਸੀਗੇ, 50-50 ਹਜ਼ਾਰ ਰੁਪਏ ਲੋਨ, ਤੇ ਬਾਕੀ ਪੈਂਡਿੰਗ ਸੀਗੇ। ਮੈਂ ਕਾਫੀ ਟਾਈਮ ਤੋਂ ਮੰਗ ਰਿਹਾ ਸੀਗਾ ਤੇ ਪਹਿਲਾਂ ਇਹ ਮਿਲੇ ਹੀ ਨਹੀਂ ਮੈਨੂੰ, ਕਾਫੀ ਟਾਈਮ ਲੰਬਾ ਸਮਾਂ, ਫਿਰ ਮੇਰਾ ਫੋਨ ਚੱਕਣਾ ਬੰਦ ਕਰਤਾ। ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਪੈਸੇ ਜਿਹੜੇ ਮੈਨੂੰ ਦੇ ਦਿੱਤੇ ਜਾਣ, ਤਾਂ ਇਹਨਾਂ ਨੇ ਜਵਾਬ ਦਿੱਤਾ ਮੈਨੂੰ ਕਿ ਇਹ ਗੰਗਾ ਗਈਆਂ ਹੱਡੀਆਂ ਜਾਂ ਕਿਸੇ ਇੱਦਾਂ ਦਾ ਬੋਲੇ ਸੀਗੇ। ਇਸ ਤੋਂ ਬਾਅਦ ਫਿਰ ਮੈਂ ਇਹ ਸਾਰਾ ਧਿਆਨ ਤੇ ਲਿਆਂਦਾ ਸੀਨੀਅਰ ਅਫਸਰਾਂ ਦੇ, ਮੇਰੇ ਨਾਲ ਇਸ ਤਰ੍ਹਾਂ ਕੀਤਾ ਗਿਆ ਜੀ। ਕਿੰਨਾ ਤੁਹਾਡੇ ਕੋਲ ਪੈਸੇ ਦਿੱਤੇ ਜੀ ਤੇ ਬੋਰ ਸਿੰਘ ਹੈ ਜੀ, ਉਦੋਂ ਹੌਲਦਾਰ ਸੀਗੇ, ਹੁਣ ਮੇਰੇ ਖਿਆਲ SI ਹੈ। ਉਪਰੋਂ ਕਿੰਨਾ ਮਾਮ ਕਿੰਨਾ ਪੈਸਾ ਉਹ ਡੇਢ ਲੱਖ ਰੁਪਏ ਦੀ ਡਿਮਾਂਡ ਸੀ, ਦਿੱਤਾ ਕਿੰਨਾ ਗਿਆ? 1 ਲੱਖ ਰੁਪਏ ਦੀ ਕੀ। ਇਹ ਮੇਰੇ ਕੋਲ ਅਨੰਤ ਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਆਨੰਦ ਨਗਰ ਗਲੀ ਨੰਬਰ 5 ਕੋਟਕਪੂਰਾ ਨੇ ਇੱਕ ਬਿਆਨ ਲਿਖਾਇਆ ਸੀ ਕਿ ESI ਬੋਰ ਸਿੰਘ ਜੋ ਹੁਣ ESI ਹੈ, ਇਹ 2019 ਦੇ ਵਿੱਚ ਬਤੌਰ ਹੌਲਦਾਰ ਜਿਹੜਾ ਮੁੱਖ ਮੁਨਸ਼ੀ ਲੱਗਿਆ ਸੀਗਾ ਥਾਣਾ ਸਿਟੀ ਕੋਟਕਪੂਰਾ, ਉਸ ਵਕਤ ਇਹਨਾਂ ਦਾ ਆਪਸ ਮੇਲ ਮਿਲਾਪ ਹੋਇਆ। ਉਹ ਉਹਦੇ 'ਤੇ ਇੱਕ ਮੁਕੱਦਮਾ ਦਰਜ ਸੀ 162/15 ਅੰਡਰ ਸੈਕਸ਼ਨ 294 354 A ਦਾ, ਜਿਹੜਾ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਮੁਕੱਦਮਾ
ਉਹ ਕੈਂਸਲ ਕਰ ਦਿੱਤਾ ਗਿਆ ਸੀਗਾ। ਉਹ ਕੈਂਸਲੇਸ਼ਨ ਜਿਹੜੀ ਹੈ ਉਹ ਕੋਰਟ ਦੇ ਵਿੱਚੋਂ ਨਾਮਨਜ਼ੂਰ ਹੋ ਕੇ ਦੁਬਾਰਾ ਰੀਇਨਵੈਸਟੀਗੇਸ਼ਨ ਵਾਸਤੇ ਵਾਪਸ ਆ ਗਈ ਸੀ। ਉਸ ਸੰਬੰਧ ਵਿੱਚ ਇਸ ਕੈਂਸਲੇਸ਼ਨ ਰਿਪੋਰਟ ਨੂੰ ਮੂਵ ਕਰਾਉਣ ਵਾਸਤੇ ਅਤੇ ਇਹਨੂੰ ਮਨਜ਼ੂਰ ਕਰਾਉਣ ਵਾਸਤੇ ਬੋੜ ਸਿੰਘ ਨੇ ਜਿਹੜੇ ਉਹਨਾਂ ਤੋਂ ਪੈਸੇ ਉਹ ਲੈ ਲਏ। ਉਹਦੇ ਬਿਆਨ ਦੇ ਮੁਤਾਬਕ ਕੁੱਲ 1,00,000 ਰੁਪਇਆ ਉਹਨਾਂ ਨੇ ਲੈ ਲਿਆ ਸੀ ਅਤੇ 50,000 ਰੁਪਏ ਦੀ ਹੋਰ ਜਿਹੜੀ ਹੈ ਮੰਗ ਕੀਤੀ ਜਾ ਰਹੀ ਸੀ। ਇਹਦੇ ਵਿੱਚ ਜਿਹੜੇ 50,000 ਰੁਪਏ ਹੈ ਥਰੂ ਚੈੱਕ ਬੋੜ ਸਿੰਘ ਹੈ ਜਿਹੜਾ ਉਹਨੇ ਇਸ਼ੂ ਕਰਾਏ ਹੈ, ਜਿਹਦੀ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਸਾਡੇ ਕੋਲ ਪੇਸ਼ ਕੀਤੀ ਹੈ, ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ।